ਨੌਲੇਜ ਹੱਬ ਜੋ ਕਿ ਬਦਨੀ ਕਲਾਂ ਜ਼ਿਲ੍ਹਾ ਮੋਗਾ ਵਿਖੇ ਸਥਿਤ ਹੈ। ਨੌਲੇਜ ਹੱਬ ਇਮੀਗ੍ਰੇਸ਼ਨ ਦੇ ਖੇਤਰ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਇੱਥੋਂ ਦਾ ਸਟਾਫ ਹਮੇਸ਼ਾ ਹੀ ਬੱਚਿਆਂ ਨੂੰ ਸਿੱਖਿਆ ਦੇਣ ਲਈ ਤਿਆਰ ਰਹਿੰਦਾ ਹੈ। ਨੌਲੇਜ ਹੱਬ ਵਿਖੇ ਅੱਜ ਦੇ ਟਾਈਮ ਦੀ ਹਰ ਤਰੀਕੇ ਦੀ ਮਾਡਰਨ ਫੈਸਿਲਿਟੀ ਮੌਜੂਦ ਹੈ। ਬੀਤੇ ਦਿਨੀ ਸਾਡੀ ਪੰਜਾਬ ਪਲੱਸ ਟੀਮ ਨੇ ਨੌਲੇਜ ਹੱਬ ਦਾ ਵਿਸ਼ੇਸ਼ ਦੌਰਾ ਕੀਤਾ। ਪੇਸ਼ ਹੈ ਇੱਕ ਰਿਪੋਰਟ। ਬਦਨੀ ਕਲਾਂ ਦੇ ਨੌਲੇਜ ਹੱਬ ਦੇ ਵਿੱਚ ਔਰ ਮੈਡਮ ਨਾਲ ਗੱਲ ਕਰਦੇ ਹਾਂ ਜਿਹੜੇ ਕਿ ਗ੍ਰਾਮਰ ਦੇ ਟੀਚਰ ਨੇ ਔਰ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਗ੍ਰਾਮਰ ਦੇ ਗ੍ਰਿਪਿੰਗਾਂ ਜਿਹੜੇ ਕਰਾ ਰਹੇ ਨੇ। ਮੈਡਮ ਕੀ ਕਹਿਣਾ ਚਾਹੋਗੇ ਤੁਸੀਂ? Hello everyone, and I'm here speaking from a knowledge hub, and I'm a managing director of a knowledge hub, and here I would like to speak about my academy. There is a lots of facilities for children and also students. We give a lots of effort to children for just gaining a lots of knowledge, and you can just ask from my students how's the atmosphere of this academy. But as far as the grammar is concerned, ਅੱਜ ਕੱਲ੍ਹ ਜਿਹੜੇ ਬੱਚੇ ਸਾਡੇ ਪੜ੍ਹ ਰਹੇ ਨੇ ਉਹਨਾਂ ਦੀ ਜਿਹੜੀ ਬੇਸਿਕ ਗ੍ਰਾਮਰ ਹੈਗੀ ਆ ਉਹ ਬਹੁਤ ਥੋੜ੍ਹੀ ਜਿਹੀ ਵੀਕ ਆਉਂਦੀ ਹੈਗੀ ਆ, ਫਿਰ ਕਿਵੇਂ ਤੁਹਾਡਾ ਇਹ ਪੇਸ ਕਿਵੇਂ ਲਾਉਂਦੇ ਹੋ ਤੁਸੀਂ ਇਹਨਾਂ ਨੂੰ, ਕਿਉਂਕਿ ਇੱਕਦਮ ਜਦੋਂ ਐਟਮੋਸਫੀਅਰ ਬਦਲਣਾ ਹੈਗਾ, 10th ਤੋਂ ਪਲੱਸ 2 ਤੋਂ ਬਾਅਦ ਜਾਣਾ ਹੈਗਾ, ਗ੍ਰਾਮਰ ਦੀ ਗ੍ਰਿਪਿੰਗ ਘੱਟ ਹੁੰਦੀ ਹੈਗੀ ਆ, ਉਸ ਤੋਂ ਬਾਅਦ ਸਿੱਧਾ ਉਹਨਾਂ ਨੂੰ ਇੰਗਲਿਸ਼ 'ਚ ਲੈ ਜਾਂਦੇ ਹੋ, ਥੋੜ੍ਹਾ ਬਹੁਤ ਉਹਨਾਂ ਨੂੰ ਮਤਲਬ ਪਹਿਲਾਂ ਤਰ੍ਹਾਂ ਦਾ। ਤੇ ਇਹਦੇ ਵਿੱਚ ਜਿੱਦਾਂ ਆਪਾਂ ਬਾਹਰ ਇੰਸਟੀਟਿਊਸ਼ਨ ਗੱਲ ਕਰਦੇ ਹੈਗੇ, ਉੱਥੇ ਇੰਗਲਿਸ਼ ਸਪੀਕਿੰਗ ਦੇ ਵਿੱਚ ਅਗਲਾ ਬੋਲ ਕੇ ਚਲਾ ਗਿਆ, ਉਹਨਾਂ ਦੇ ਬੌਂਸਰ ਵੀ ਉੱਠ ਗਿਆ, ਇੱਕ ਦੂਜੇ ਦੀ ਸ਼ਰਮ ਕਰਦੇ ਰਹੇ, ਪੁੱਛਦੇ ਨਹੀਂ ਹੈ। ਪਰ ਇਹਨਾਂ ਇੰਸਟੀਟਿਊਸ਼ਨ ਦੇ ਵਿੱਚ ਜਿੱਥੇ ਗ੍ਰਿਪਿੰਗ ਜਿਹੜੀ ਕੁਝ ਕੀ ਹੈਗੀ ਆ, ਉਹਦੇ ਵਿੱਚ ਬੱਚਿਆਂ ਨੂੰ ਵੀ ਥੋੜ੍ਹਾ ਜਿਹਾ ਹੌਸਲਾ ਰਹਿੰਦਾ ਵੀ ਅਸੀਂ ਕੋਈ ਚੀਜ਼ ਪੁੱਛ ਲਾਂਗੇ ਤਾਂ ਕੋਈ ਦੂਸਰਾ ਬੰਦਾ ਅੱਗਾ ਨਹੀਂ ਦੇਖੂ। Centers, but in knowledge hub I gain lots of knowledge. There are many friends, there are my many friends who help me to solve my all the problems, but my ma'am and my sir always help me in my career, in my studies, and in my future plans. And as far as your mental competition is concerned, tanu stage de utte bolan di quality, tanu face karan di quality, tanu interview den di quality, ਚਲ ਇਹ ਨੌਲੇਜ ਹੱਬ ਉੱਦਾਂ ਦੀ ਨੌਲੇਜ ਹੱਬ ਵੀ ਨਹੀਂ ਹੈ ਵੀ ਸਾਨੂੰ ਗ੍ਰਾਮ ਚਾਰੇ ਮੋਡਿਊਲ ਸਿਖਾ ਦਿਓ, ਉਹਦੇ ਨਾਲ ਸਾਡਾ ਟੈਗ ਵੀ ਬਣਾਉਂਦੇ ਨੇ ਕਿ ਅਸੀਂ ਕਿੱਦਾਂ ਆਪਾਂ ਪਰਿਪੱਕ ਹੋਣਾ ਹੈਗਾ ਆਪਣੇ ਇੰਟਰਵਿਊ ਦੇਣ ਦੇ ਵਿੱਚ। ਡੈਫੀਨੇਟਲੀ ਸਰ, ਇਹ ਚੀਜ਼ ਆਪਾਂ ਨੂੰ ਜ਼ਿੰਦਗੀ ਵਿੱਚ ਵੀ ਅੱਗੇ ਸਿੱਖਣ ਨੂੰ ਬਹੁਤ ਕੁਛ ਮਿਲਦਾ ਹੈ। ਜ਼ਰੂਰੀ ਨਹੀਂ ਕਿ ਸਿਰਫ ਆਪਾਂ ਪੜ੍ਹਨਾ ਹੀ ਆ ਅਤੇ ਬਸ ਲਿਖ ਕੇ ਚਲੇ ਜਾਣਾ ਹੈ। ਆਪਾਂ ਲਾਈਫ ਦੇ ਵਿੱਚ ਹੋਰ ਮਤਲਬ ਆਪਣੀ ਫੈਮਿਲੀ ਵਿੱਚ ਰਹਿ ਕੇ ਵੀ ਆਪਾਂ ਇੱਥੇ ਰਹਿ ਕੇ ਵੀ ਸਿੱਖ ਸਕਦੇ ਹਾਂ। ਬਹੁਤ ਚੀਜ਼ਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਆਪਾਂ ਸਿਰਫ ਇੱਥੇ ਆ ਕੇ ਸਿੱਖੀਆਂ ਜਾਂ ਮੈਂ ਇੱਥੇ ਆ ਕੇ ਸਿੱਖੀਆਂ, ਕਿਉਂਕਿ ਮੇਰੇ 'ਚ ਕੌਨਫੀਡੈਂਸ ਬਹੁਤ ਲੈਕ ਸੀ, ਮੈਡਮ ਨੇ ਬਹੁਤ ਹੈਲਪ ਕੀਤੀ, ਫਰੈਂਡਸ ਨੇ ਬਹੁਤ ਹੈਲਪ ਕੀਤੀ, ਤਾਂ ਮੈਂ ਡੈਫੀਨੇਟਲੀ ਇਹ ਕਹੂੰਗੀ ਕਿ ਇੱਥੇ ਜ਼ਰੂਰ ਆਓ। ਬੇਟੇ ਕਿੱਦਾਂ ਦੇ ਟੀਚਰ ਤੁਹਾਡੇ ਇੱਥੇ ਪੜ੍ਹਾ ਰਹੇ ਨੇ? ਐਸੇ ਟੀਚਰ ਪੜ੍ਹਾ ਰਹੇ ਨੇ, ਕੋਈ ਖੁਸ਼ੀ ਹੁੰਦੀ ਪੜ੍ਹ ਕੇ? ਬੇਟਾ ਕੀ ਕਹਿੰਦਾ? ਵਧੀਆ ਪੜ੍ਹਾਉਂਦੇ ਆ, ਬਹੁਤ ਵਧੀਆ ਪੜ੍ਹਾਉਂਦੇ ਆ। ਪੰਜਾਬ ਦਾ ਤੇ ਇਕੱਲਾ ਇਹ ਚਾਰ ਮੋਡਿਊਲ ਦੇ ਵਿੱਚ ਹੀ ਤੁਹਾਨੂੰ ਨਹੀਂ ਪਰਿਪੱਕ ਕਰ ਰਿਹਾ, ਜਿਸ ਤਰੀਕੇ ਨਾਲ ਟੀਚਰਸ ਦਾ ਐਟੀਟਿਊਡ ਹੈ, ਅਗਰ ਤੁਹਾਨੂੰ ਕੋਈ ਚੀਜ਼ ਸਮਝ ਨਹੀਂ ਆਉਂਦੀ ਤਾਂ ਤੁਸੀਂ ਬੜੀ ਈਜ਼ੀਲੀ ਇਹਨਾਂ ਨੂੰ ਸ਼ਾਮ ਨੂੰ
ਪੁੱਛ ਲੈਂਦੇ ਹੋ, ਫੋਨ ਦੇ ਉੱਤੇ ਗੱਲ ਕਰ ਲੈਂਦੇ ਹੋ, ਕਿ ਤੁਹਾਨੂੰ ਵਧੀਆ ਲੱਗਦਾ ਹੈ ਇਸ ਚੀਜ਼? ਆਫ ਕੋਰਸ ਟੀਚਰਸ ਆਰ ਆਲਸੋ ਵੈਰੀ ਗੁੱਡ ਨੇਚਰ ਐਂਡ ਅਕੋਰਡਿੰਗ ਟੂ ਮੀ ਟੀਚਰਸ ਆਰ ਵੈਰੀ ਗੁੱਡ ਫਾਰ ਮੀ ਐਂਡ ਆਲਸੋ ਵੈਰੀ ਵੈਰੀ ਵੈਲ ਐਜੂਕੇਟਡ. ਦਿਸ ਇੰਸਟੀਟਿਊਟ ਵਾਸ ਵੈਰੀ ਗੁੱਡ ਐਂਡ ਈਚ ਐਂਡ ਐਵਰੀਥਿੰਗ ਇਜ਼ ਅਵੇਲੇਬਲ ਹੇਅਰ. ਐਂਡ ਐਜ਼ ਫਾਰ ਐਜ਼ ਯੂਰ ਕੰਪਨੀ ਇਜ਼ ਕੰਸਰਨ, ਤੁਹਾਡੇ ਨਾਲ ਪਿੱਛੇ ਜਿਹੜੇ ਹੈਗੇ ਆ ਉਹਨਾਂ ਦਾ ਕੈਲੀਬਰ ਸਾਰੇ ਜਣੇ ਮਿਲ ਕੇ ਮਤਲਬ ਇਹ ਤੁਹਾਨੂੰ ਕੁਆਲਿਟੀ ਵਿੱਚ ਰੱਖਦੇ ਆ, ਤੁਹਾਡਾ ਤੁਹਾਨੂੰ ਵੈਸੇ ਵੀ ਕਾਉਂਸਲਿੰਗ ਕਰਦੇ ਆ ਕਿ ਤੁਸੀਂ ਖੁਸ਼ ਰਹਿਣਾ ਹੈਗਾ, ਮਦਰ ਫਾਦਰ ਦੇ ਨਾਲ ਬਿਲਕੁਲ ਉਹਨਾਂ ਦੇ ਨਾਲ ਅਟੈਚ ਹੋ ਕੇ ਰਹਿਣਾ, ਭਰਾਵਾਂ ਦੇ ਨਾਲ ਪ੍ਰੇਮ ਕਰਨਾ ਹੈਗਾ, ਉਹਦੀਆਂ ਕੁਆਲਿਟੀ ਵੀ ਤੁਹਾਡੇ 'ਚ ਭਾਰੇ ਵੀ ਤੁਸੀਂ ਇਨਸਾਨ ਵਿੱਚ ਜਾਂਦੇ ਹੋ. ਸਾਨੂੰ ਇੱਥੇ ਮੇਰੇ ਕਹਿਣ ਦਾ ਮਤਲਬ ਹੈ ਕਿ ਸਾਨੂੰ ਇੱਥੇ ਓਨਲੀ ਸਟੱਡੀ ਹੀ ਨਹੀਂ ਮਿਲਦੀ, ਈਵਨ ਕਿ ਹੋਰ ਵੀ ਜਿਹੜੀਆਂ ਚੀਜ਼ਾਂ ਹੁੰਦੀਆਂ ਗਾ ਜਿਵੇਂ ਮੈਨਰਸ, ਐਟੀਕੇਟਸ, ਇਹ ਵੀ ਨਾਲ ਦੀ ਨਾਲ ਸਾਨੂੰ ਪ੍ਰੋਵਾਈਡ ਕੀਤੇ ਜਾਂਦੇ, ਤਾਂ ਕਿ ਸਾਨੂੰ ਬੋਲਣ ਦਾ ਵੇ, ਤਾਂ ਕਿ ਵੇ ਆਫ ਟਾਕਿੰਗ, ਵੇ ਆਫ ਸਿਟਿੰਗ, ਈਚ ਐਂਡ ਐਵਰੀਥਿੰਗ ਦਿੱਤੀ ਜਾਂਦੀ ਆ. ਬੇਟਾ ਕਿੱਦਾਂ ਮਹਿਸੂਸ ਕਰਦੇ ਹੋ? ਸਰ ਵਧੀਆ ਲੱਗਿਆ, ਅੱਜ ਮੇਰਾ ਪਹਿਲਾ ਡੇ ਸੀ ਪਰ ਮੈਨੂੰ ਐਂ ਲੱਗਿਆ ਨਹੀਂ ਵੀ ਮੈਂ ਫਸਟ ਡੇ ਆਈ ਹਾਂ ਇੱਥੇ, ਵਧੀਆ ਲੱਗਿਆ. ਜਿਹੜਾ ਹੋਇਆ ਜਿਹਾ ਸੀਗਾ ਮਨ ਦੇ ਵਿੱਚ ਵੀ ਹਾਏ ਆਈ ਗੇਟ ਤੇ ਜਾਣਾ ਤੇ ਪਤਾ ਨਹੀਂ ਕਿਹੋ ਜਿਹੇ ਜਵਾਬ ਜੇ ਮਿਲਣ ਦੀ ਪੜਨ ਪੜਾਉਣ ਵਾਲੇ, ਉਹ ਸਾਰਾ ਦੂਰ ਹੋ ਗਿਆ. ਕੀ ਕਹਿਣਾ ਚਾਹੇਗੀ ਜਿਹੜੇ ਅੱਜ ਬੱਚੇ ਜਿਹਨਾਂ ਦੇ ਮਾਈਂਡ ਦੇ ਵਿੱਚ ਹੈ ਕਿ ਅਸੀਂ ਵੀ ਹੈਵ ਟੂ ਜੁਆਇਨ ਸਮ ਇੰਸਟੀਚਿਊਟ, ਵੀ ਇੰਸਟੀਚਿਊਟ ਜੁਆਇਨ ਕਰਨਾ ਤਾਂ ਕਿਹੜੀ ਕਰਨਾ? ਉਹ ਨੌਲੇਜ ਆ. ਤੂੰ ਤਾਂ ਫਰ ਫਰ ਉੱਡ ਲੱਗੇ ਪਹਿਲੇ ਦਿਨ, ਕਿੱਦਾਂ ਉੱਡਣ ਲੱਗੇ ਪਹਿਲੇ ਦਿਨ? ਨਾਲੇ ਤਾਂ ਬੋਲਦੇ ਨਹੀਂ ਹੋ ਕੁਮਾਰਾਂ ਨੂੰ ਬੇਟੇ ਦੇ ਆਪਣਾ ਨਾਮ ਦਾ ਹੋਇਆ. ਹੈਲੋ, ਬਸ ਵੀ ਆਰ ਜੁਆਇਨ ਇੰਜੋਏ ਕਰੀ ਚਲੋ. ਹੈਲੋ एवरीवन, ਮਾਈ ਨੇਮ ਇਜ਼ ਅਰਸ਼ਦੀਪ ਸਿੰਘ ਐਂਡ ਆਈ ਲਿਵ ਇਨ ਰਾਮੂਲਾ ਹਟਜੋਗਾ. ਨੌਲੇਜ ਹੱਬ ਬਹੁਤ ਹੀ ਇੰਸਟੀਟਿਊਟ ਆ, ਇੱਥੇ ਆਓ ਤੇ ਸਿਲੈਕਟ ਕੇ ਜਾਓ. ਬੈਸਟ ਇੰਸਟੀਟਿਊਟ ਇਨ ਆਵਰ ਏਰੀਆ, ਆਲ ਦੀ ਸਟਾਫ ਆਰ ਵੈਰੀ ਵੈਲ ਇਨ ਆਵਰ ਇੰਸਟੀਟਿਊਟ. ਬਹੁਤ ਵਧੀਆ ਵਾ, ਮੈਨੂੰ ਇੱਥੇ ਬਹੁਤ ਜ਼ਿਆਦਾ ਕੋਨਫੀਡੈਂਸ ਮਿਲਿਆ. ਮੈਂ ਅੱਜ ਤੱਕ ਕਦੇ ਵੀ ਕਿਸੇ ਦੇ ਸਾਹਮਣੇ ਨਹੀਂ ਬੋਲ ਸਕੀ, ਪਰ ਮੈਂ ਇੱਥੇ ਆ ਕੇ ਮੈਂ ਪਹਿਲੀ ਵਾਰ ਸਾਰਿਆਂ ਦੇ ਸਾਹਮਣੇ ਸਾਰਿਆਂ ਦਾ ਫੇਸ ਕੀਤਾ. ਮੈਂ ਸਾਰਿਆਂ ਤੋਰੇ ਵੀ ਹੋਇਆ ਇੱਥੇ ਆਉਣ ਲੱਗੀ ਨੂੰ. ਪਹਿਲਾਂ ਮੈਨੂੰ ਲੱਗਦਾ ਸੀ ਵੀ ਮੈਂ ਇਹ ਨਹੀਂ ਕਰ ਸਕਦੀ, ਪਰ ਸਿਰਫ ਦੋ ਦਿਨ ਵਿੱਚ ਹੀ ਮੈਨੂੰ ਲੱਗ ਰਿਹਾ ਕਿ ਮੈਂ ਇਹ ਕਰ ਸਕਦੀ ਹਾਂ. ਮੈਨੂੰ ਇੰਗਲਿਸ਼ ਬਹੁਤ ਵਧੀਆ ਲੱਗਦੀ ਆ, ਮੈਂ ਮੈਮ ਨੇ ਬਹੁਤ ਵਧੀਆ ਸਿਖਾਇਆ ਮੈਨੂੰ ਦੋ ਦਿਨ. ਨੌਲੇਜ ਆ ਵੈਰੀ ਗੁੱਡ ਇੰਸਟੀਟਿਊਟ. ਹੈਲੋ ਫਰੈਂਡਸ, ਮਾਈ ਨੇਮ ਇਜ਼ ਸਨੇਹਾ. ਨੌਲੇਜ ਆ ਬਹੁਤ ਵਧੀਆ, ਮੈਂ ਇਹੀ ਕਹਾਂਗੀ ਸਾਰੇ ਇੱਥੇ ਆਓ ਅਤੇ ਇੰਸਟੀਟਿਊਟ ਨੂੰ ਜੁਆਇਨ ਕਰੋ. ਹੈਲੋ, ਮਾਈ ਨੇਮ ਇਜ਼ ਕਿਰਨ, ਮੈਨੂੰ ਨੌਲੇਜ ਸਭ ਜਾ ਕੇ ਬਹੁਤ ਵਧੀਆ ਲੱਗਿਆ, ਇੱਥੇ ਦੇ ਟੀਚਰ ਵੀ ਬਹੁਤ ਵਧੀਆ ਟੀਚਰ. ਵੈਲ ਆਈ ਸਟੱਡੀ ਇਨ ਸਕੂਲ, ਆਈ ਥੋਟ ਇੰਗਲਿਸ਼ ਇਜ਼ ਵੈਰੀ ਡਿਫਿਕਲਟ ਸਬਜੈਕਟ, ਬਟ ਆਈ ਵੈਨ ਆਈ ਕੇਮ ਇਨ ਨੌਲੇਜ ਹੱਬ ਆਈ ਥਿੰਕ ਇੰਗਲਿਸ਼ ਇਜ਼ ਆ ਵੈਰੀ ਈਜ਼ੀ, ਇੰਗਲਿਸ਼ ਟੀਚਰ ਹੈ ਚੇਂਜ ਮਾਈ ਥੋਟ ਫੋਰ ਇੰਗਲਿਸ਼ ਐਂਡ ਆਈ ਥਿੰਕ ਆਈ ਡੂ ਆਈ ਲੈਟਸ ਐਂਡ ਕੰਪਲੀਟ ਮਾਈ ਡ੍ਰੀਮਸ. ਓਕੇ ਸਟੂਡੈਂਟਸ, ਸੋ ਟੁਡੇ ਵੀ ਵਿਲ ਡਿਸਕਸ ਅਬਾਊਟ ਦ ਟਾਸਕ 2. ਸੋ ਇਨ ਟਾਸਕ 2 ਵੀ ਹੈਵ 4 ਪੈਰਾਗ੍ਰਾਫਸ. So first paragraph is of introduction. Okay, so tell me how many sentences are there in introduction? Haji, so there are two sentences. Okay, so the first sentence is of, what we write in first sentence? Background statement. The statement which is already given. Okay, so the further statement that we have to paraphrase, it depends upon the thank you.
ਫਿਰ ਮੈਂ ਕੈਸੀ ਚੀਜ਼ ਜਿਹਦੇ ਲਈ ਅੱਜ ਸਾਰਾ ਪੰਜਾਬ ਜਿਹੜਾ ਹੈਗਾ ਉਹ ਨਿਕਮਸਤਕ ਹੋ ਰਿਹਾ ਕਿ ਅਸੀਂ ਫੋਰਨ ਜਾਣਾ ਹੈਗਾ ਔਰ ਤੁਸੀਂ ਆਈਲੈਟਸ ਦੇ ਟੀਚਰ ਹੋ ਇਹਨਾਂ ਦੇ ਇਹਨਾਂ ਨੂੰ ਵਿਦਿਆ ਦਾ ਦਾਨ ਦੇ ਰਹੇ ਹੋ ਕਿੱਦਾਂ ਮਹਿਸੂਸ ਕਰ ਰਹੇ ਹੋ ਕੀ ਕਹਿਣਾ ਚਾਹੋਗੇ So well, it is a very great opportunity for me to provide us classes to the students because nowadays all the students are really very curious towards us, okay? Because they want to go abroad countries for their higher educations. Because main problem kiya ki students rehte vadhiya education hi mil rahi, okay? Taan karke students IELTS kar rahe hain and foreign countries which ja rahe hain for their settlements and for their bright future. So main bahut vadhiya lagda hai ki students IELTS kar rahe hain and moreover ithon da like ਰਿਜ਼ਲਟ ਹੈ ਜਿਹੜਾ ਉਹ ਵੀ ਬਹੁਤ ਵਧੀਆ ਆ ਰਿਹਾ ਔਰ ਇੰਟਰੈਕਸ਼ਨ ਕਰਕੇ ਬੱਚਿਆਂ ਨੂੰ ਕਿਉਂਕਿ ਤੁਹਾਡੇ ਹਮ ਇਸ ਬੱਚੇ ਹੁੰਦੇ ਜਿਹੜੇ ਪੜਾਉਣ ਵਾਲੇ ਵੀ ਤੁਸੀਂ ਟੀਚਰ ਹੋ ਜਦੋਂ ਇਹਨਾਂ ਨੇ ਇੰਟਰੈਕਸ਼ਨ ਕਰਦੇ ਹੋ ਤੁਹਾਡਾ ਖੁਦ ਦਾ ਕੰਫੀਡੈਂਸ ਕਿਉਂਕਿ ਤੁਸੀਂ ਜ਼ਿੰਦਗੀ ਜਿਉਣੀ ਹੈਗੀ ਐਜ਼ ਅ ਗਰਲ ਹੋ ਤੁਸੀਂ ਆਪਣੀ ਮੈਰਿਜ ਵੀ ਕਰਾਉਣੀ ਹੈ ਗਾਹ ਵੀ ਆਪਣੀ ਜ਼ਿੰਦਗੀ ਨੂੰ ਜਾਣਾ ਤੁਹਾਨੂੰ ਲੱਗਦਾ ਵੀ ਇਹ ਜੀ ਇੰਟਰੈਕਸ਼ਨ ਦੇ ਨਾਲ ਜਦੋਂ ਅਸੀਂ ਬੱਚਿਆਂ ਨਾਲ ਕਰਦੇ ਤਾਂ ਸਾਡਾ ਉਹ ਵੈਸੇ ਵੀ ਮੈਂਟਲ ਐਟੀਟਿਊਡ ਜਦੋਂ ਅਸੀਂ ਇਹਨਾਂ ਨੂੰ ਵਿਦਿਆ ਦਾ ਦਾਨ ਦਿੰਦੇ ਹਾਂ ਬੱਚਿਆਂ ਦੀਆਂ ਅੱਖਾਂ ਦੇ ਵਿੱਚ ਥੋੜ੍ਹੀ ਜਿਹੀ ਐਸੀ ਦੇਖਦੇ ਹੈਗੇ ਕਿ ਉਹਨਾਂ ਨੂੰ ਲੱਗਦਾ ਵੀ ਇਹ ਸਾਡੀ ਟੀਚਰ ਹੈ ਸਾਨੂੰ ਪੜ੍ਹਾ ਰਹੀ ਹਾਂਜੀ ਸਰ ਵੈਸੇ ਤਾਂ ਚਲੋ ਮੈਂ ਮਤਲਬ ਛੋਟੀ ਇਹਨਾਂ ਤੋਂ ਕਾਫੀ ਸਟੂਡੈਂਟਸ ਇੱਦਾਂ ਵੀ ਆਉਂਦੇ ਆ ਕਿ ਜਿਹੜੇ ਮੈਰਿਡ ਹੁੰਦੇ ਨੇ ਬਟ ਸਟਿਲ ਇੱਕ ਟੀਚਰ ਦਾ ਲੈਵਲ ਹੀ ਇੱਦਾਂ ਦਾ ਹੁੰਦਾ ਆ ਕਿ ਇੱਥੇ ਆਪਾਂ ਮੈਟਰ ਨਹੀਂ ਕਰਦਾ ਕਿ ਉਹਦੀ ਏਜ ਛੋਟੀ ਆ ਜਾਂ ਉਹਦੀ ਏਜ ਵੱਡੀ ਆ ਓਕੇ ਬਟ ਦਾ ਥਿੰਗ ਇਜ਼ ਮੈਟਰ ਕਿ ਉਹਨਾਂ ਕੋਲ ਨੌਲੇਜ ਕਿੰਨੀ ਆ ਓਕੇ ਉਹਨਾਂ ਦਾ ਖੁਦ ਦਾ ਐਲਸ ਸਕੋਰ ਕਿੰਨਾ ਆ ਸੋ ਇਹ ਚੀਜ਼ ਜ਼ਿਆਦਾ ਮੈਟਰ ਕਰਦੀ ਆ ਸੋ ਸਟੂਡੈਂਟਸ ਇੱਥੇ ਇੱਦਾਂ ਬਿਲਕੁਲ ਵੀ ਬਿਹੇਵ ਨਹੀਂ ਕਰਦੇ ਹੈਗੇ ਕਿ ਸਾਨੂੰ ਇਹ ਟੀਚਰ ਦੀ ਤਰ੍ਹਾਂ ਨਹੀਂ ਲੱਗਦੇ ਬਟ ਦੇ ਆਲਵੇਸ ਥਿੰਕ ਦੈਟ ਸ਼ੀ ਇਜ਼ ਦਾ ਬੈਸਟ ਟੀਚਰ ਐਂਡ ਯੂ ਆਰ ਇੰਜੋਇੰਗ ਇਟ ਯਾ ਉਹ ਚੀਜ਼ ਜਿਹਦੇ ਲਈ ਅੱਜ ਬਹੁਤ ਜ਼ਿਆਦਾ ਕ੍ਰਸ਼ਟੀ ਹਰੇਕ ਦੇ ਮਾਈਂਡ ਦੇ ਵਿੱਚ ਤੁਸੀਂ ਐਜ਼ ਏ ਟੀਚਰ ਪੜ੍ਹਾ ਰਹੇ ਹੋ ਮਤਲਬ ਉਹਨਾਂ ਨੂੰ ਇੱਕ ਪਨੀਰੀ ਤਿਆਰ ਕਰ ਰਹੇ ਹੋ ਬਾਹਰ ਜਾਣ ਦੀ ਕੀ ਕਹਿਣਾ ਚਾਹੋਗੇ ਮੌਕਾ ਮਿਲਿਆ ਕਿ ਇਹਨਾਂ ਨੂੰ ਟੀਚ ਕਰਨ ਦਾ ਬਹੁਤ ਵਧੀਆ ਲੱਗਦਾ ਵਾ ਕਿ ਜਦੋਂ ਇਹ ਮੇਰੇ ਕੋਲੋਂ ਨੌਲੇਜ ਗੈਟ ਕਰਦੇ ਆ ਜਦੋਂ ਇਹ ਆਪਣੇ ਡਾਊਟ ਕਲੀਅਰ ਕਰਦੇ ਆ ਮੇਰੇ ਨਾਲ ਡਿਸਕਸ ਕਰਦੇ ਆ ਸੋ ਮੈਨੂੰ ਵੀ ਫੀਲਿੰਗ ਹੁੰਦੀ ਆ ਕਿ ਜਦੋਂ ਮੈਂ ਇਹਨਾਂ ਨੂੰ ਪੜ੍ਹਾਉਂਦੀ ਹਾਂ ਤਾਂ ਮੈਂ ਇਹਨਾਂ ਦੇ ਡਾਊਟ ਕਲੀਅਰ ਕਰਦੀ ਹਾਂ ਇਹਨਾਂ ਨੂੰ ਨੌਲੇਜ ਦਿੰਦੀ ਹਾਂ ਅਤੇ ਮੇਰੀ ਵੀ ਨੌਲੇਜ ਦੇ ਵਿੱਚ ਵਾਧਾ ਹੁੰਦਾ ਇਹਨਾਂ ਨੂੰ ਮਤਲਬ ਤੁਸੀਂ ਆਪਣੀ ਪੜ੍ਹਾਈ ਕੀਤੀ ਹੈ ਤੁਹਾਨੂੰ ਉਹ ਪੜ੍ਹਾਈ ਦੇ ਜਿਹੜੇ ਤੁਹਾਡੀਆਂ ਡਿਫੀਕਲਟੀ ਸੀਗੀਆਂ ਤੁਹਾਨੂੰ ਆਪਦੀ ਪ੍ਰੈਸ਼ਰ 'ਚ ਸਿਚੁਏਸ਼ਨ ਹੁੰਦੀ ਸੀ ਉਹ ਸਾਰੇ ਤੁਸੀਂ ਪਹਿਲੇ ਕਲੀਅਰ ਕਰਾ ਦਿੰਦੇ ਹੋ ਹਾਂਜੀ ਮੈਂ ਉਹ ਪੂਰਾ ਟਰਾਈ ਕਰਦੀ ਹਾਂ ਕਿ ਜਿਹੜੀਆਂ ਮੈਂ ਪ੍ਰੋਬਲਮਸ ਫੇਸ ਕੀਤੀਆਂ ਉਹ ਆਪਣੀ ਅੱਗੇ ਫੇਸ ਨਾ ਕਰਨ ਸੋ ਮੈਂ ਆਪਦੀਆਂ ਪ੍ਰੋਬਲਮ ਸਾਰੀਆਂ ਡਿਫੀਕਲਟੀ ਜੋ ਮੈਂ ਫੇਸ ਕੀਤੀਆਂ ਇਹਨਾਂ ਨੂੰ ਪਹਿਲਾਂ ਹੀ ਕਲੀਅਰ ਕਰਵਾ ਰਹੇ ਹੋ ਫੋਰਨ ਜਾਣਾ ਹਾਂਜੀ ਹਾਂਜੀ ਸਰ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਤੇ ਨੌਲੇਜ ਹੱਬ ਵਾਲੇ ਕਿਵੇਂ ਟੀਚਰ ਵਗੈਰਾ ਸਾਰੇ ਨੌਲੇਜ ਹੱਬ ਇਜ਼ ਅ ਵੈਰੀ ਗੁੱਡ ਇੰਸਟੀਟਿਊਟ ਵਿਚ ਪ੍ਰੋਵਾਈਡ ਅ ਵੈਰੀ ਨੌਲੇਜ ਦੈਟ ਟੀਚਰ ਸਟੂਡੈਂਟ ਬੌਂਡਿੰਗ ਇਜ਼ ਦੇਅਰ ਇਜ਼ ਅ ਬੈਸਟ ਵਿਚ ਇਜ਼ ਰਿਕੁਆਇਰਡ ਫਾਰ ਐਵਰੀ ਸਟੂਡੈਂਟ ਟੂ ਰੀਚ ਇਟਸ ਡੈਸਟੀਨੇਸ਼ਨ ਸੋ ਦੈਟਸ ਵਾਈ ਆਈ ਚੂਜ਼ ਅ ਨੌਲੇਜ ਹੱਬ ਵਿਚ ਪ੍ਰੋਵਾਈਡ ਸਮ ਬੈਸਟ ਨੌਲੇਜ ਐਂਡ ਵਿਦ ਅ ਬੈਸਟ ਟੀਚਰਸ ਐਂਡ ਐਜ਼ ਫਾਰ ਐਜ਼ ਐਕਸਟ੍ਰਾਕਰਿਕੂਲਰ ਐਕਟੀਵਿਟੀਜ਼ ਆਰ ਕੰਸਰਨਡ ਇਹ ਤੁਹਾਨੂੰ ਕਦੇ ਬੋਰ ਨਹੀਂ ਹੋ ਦਿੰਦੇ ਤੁਹਾਡੇ ਮਨ ਦੇ ਵਿੱਚ ਇੱਕ ਮਤਲਬ ਪੋਜ਼ਿਟਿਵਿਟੀ ਜੀ ਕ੍ਰੀਏਟ ਕਰਦੇ ਰਹਿੰਦੇ ਹਾਂਜੀ ਹਾਂਜੀ ਸਰ ਨੋ ਨੈਵਰ ਦੇ ਆਰ ਹੇਅਰ ਮੋਟੀਵੇਸ਼ਨਲ ਕਲਾਸ ਆਲਸੋ ਪ੍ਰੋਵਾਈਡਡ ਬਾਈ ਦਾ ਟੀਚਰਸ ਐਂਡ ਅਵਰ ਐਮ ਡੀ ਗੁਰਵਿੰਦਰ ਬੱਤੀ ਸਰ ਬਹੁਤ ਵਧੀਆ ਲੱਗ ਰਿਹਾ ਇੱਥੇ ਪੜ੍ਹ ਕੇ ਕਿਉਂਕਿ ਮਤਲਬ ਟੀਚਰਸ ਵਧੀਆ ਐਜੂਕੇਸ਼ਨ ਪ੍ਰੋਵਾਈਡ ਕਰਦੇ ਜੀ ਨਾਲੇ ਐਕਸਪੀਰੀਅੰਸ ਦਿੰਦੇ ਨਾਲੇ ਸੋਹਣਾ ਸੋਹਣਾ ਬਣ ਕੇ ਆਉਣ ਦੀ ਗੱਲ 'ਚ ਮਾਵਾਂ ਨੂੰ ਵੀ ਖੁਸ਼ੀ ਹੁੰਦੀ ਆ ਵੀ ਅੱਗੇ ਤਾਂ ਰੁਲਿਆ ਜਾ ਰਹਿੰਦਾ ਸੀ ਹੁਣ ਆਪਦੇ ਆਪ ਨੂੰ ਥੋੜ੍ਹੇ ਬਣ ਗਿਆ ਜੀ ਪੇਰੈਂਟਸ ਵੀ ਖੁਸ਼ ਹੁੰਦੇ ਕਿ ਸਾਡਾ ਬੱਚਾ ਚੰਗੇ ਚੰਗੇ ਰਾਹ 'ਤੇ ਪੈ ਰਿਹਾ ਵਾ ਠੀਕ ਹੈ ਅਤੇ ਉਹਨੂੰ ਜਾ ਕੇ ਓਪਰਚੁਨਿਟੀ ਮਿਲਦੀ ਆ ਬਾਹਰ ਜਾ ਕੇ ਸਟੱਡੀ ਕਰਨ ਦੀ ਬਹੁਤ ਵਧੀਆ ਲੱਗ ਰਿਹਾ ਅਤੇ ਨੌਲੇਜ ਹੱਬ ਤਾਂ ਕਿੱਦਾਂ ਕਹਿਣਾ ਚਾਹੋਗੇ ਵੀ ਠੀਕ ਹੈ ਇਹ ਬੰਦੇ ਸਾਰੇ ਬਹੁਤ ਵਧੀਆ ਸਟੂਡੈਂਟ ਲਾਈਵ ਐਗਜ਼ਾਮਪਲ ਦਿੱਤੇ ਹੁੰਦੇ ਸਟੂਡੈਂਟਸ ਤਾਂ ਕਿ ਉਹ ਈਜ਼ੀਲੀ ਅੰਡਰਸਟੈਂਡ ਕਰ ਸਕਣ ਸਭ ਕੁਝ ਅੱਖਾਂ 'ਚ ਰੌਣਕ ਜੀ ਵੀ ਵਧੀਆ ਥੋੜ੍ਹੀ ਜਿਹੀ ਇਹਦੇ ਨਾਲ ਬਹੁਤ ਹੀ ਬਹੁਤ ਹਾਂਜੀ ਸਰ ਬਹੁਤ ਵਧੀਆ ਲੱਗ ਰਿਹਾ ਨੌਲੇਜ ਹੱਬ ਇੰਸਟੀਟਿਊਟ ਬਹੁਤ ਬੈਸਟ ਮਤਲਬ ਮੈਨੂੰ ਬਹੁਤ ਵਧੀਆ ਨੌਲੇਜ ਲੱਗਦੀ ਇੱਥੇ ਮਿਲਦੀ ਹੈ ਕਿੱਥੋਂ ਤੁਸੀਂ ਬਿਲੋਂਗ ਕਿੱਥੋਂ ਕਰਦੇ ਹੋ ਮੈਂ ਬਿਲੋਂਗ ਰਹਿਣੀ ਹੈ ਸ਼ਰਨੀਆ ਤੋਂ ਡੇਲੀ ਆਉਂਦੇ ਹਾਂ ਹਾਂਜੀ ਓਕੇ ਵਧੀਆ ਲੱਗਿਆ ਤੁਹਾਨੂੰ ਪੜ੍ਹ ਕੇ ਟੀਚਰਸ ਦਾ ਐਟੀਟਿਊਡ ਕਿ ਜ਼ਿਆਦਾ ਨਹੀਂ ਗੱਲ ਵੀ ਟੀਚਰਾਂ ਬੋਲ ਕੇ ਆਦੇ ਇੰਗਲਿਸ਼ ਬੋਲ ਕੇ ਭੱਜ ਜਾਂਦੀਆਂ ਪੈਸੇ ਤੁਸੀਂ ਜਮਾ ਕਰਾਤੇ ਉਦੋਂ ਬਾਅਦ ਦੇਖਦਾ ਨਹੀਂ ਕੋ ਤੁਹਾਡਾ ਨੋ ਜੀ ਹਰੇ ਤੱਕ ਤਾਂ ਸੱਤ ਮਤਲਬ ਫੀਸ ਵੀ ਨਹੀਂ ਡਿਪੋਜ਼ਿਟ ਕਰਾਈ ਮੈਂ ਤਾਂ ਬੜੀ ਹੈਰਾਨ ਹਾਂ ਇਸ ਚੀਜ਼ ਦੇ ਕਿ ਕੋਈ ਵੀ ਇੰਸਟੀਟਿਊਟ ਆ ਪਹਿਲਾਂ ਫੀਸ ਡਿਪੋਜ਼ਿਟ ਫੇਰ ਕਲਾਸਿਸ ਅਟੈਂਡ ਮੈਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਇੱਥੇ ਬਹੁਤ ਵਧੀਆ ਸਾਨੂੰ ਨੌਲੇਜ ਦਿੱਤੀ ਜਾਂਦੀ ਆ ਜੋ ਵੀ ਸਾਨੂੰ ਡਾਊਟ ਹੁੰਦੇ ਉੱਥੇ ਸਾਨੂੰ ਕਲੀਅਰ ਕਰਵਾਏ ਜਾਂਦੇ ਆ ਸਾਨੂੰ ਬਹੁਤ ਸਾਰੇ ਡਾਊਟ ਹੁੰਦੇ ਆ ਇੰਗਲਿਸ਼ ਨੂੰ ਲੈ ਕੇ ਉਹ ਇੱਥੇ ਟੀਚਰ ਇੰਨੇ ਵਧੀਆ ਕਿ ਉਹ ਸਾਨੂੰ ਜਿਹੜੇ ਵੀ ਡਾਊਟ ਹੁੰਦੇ ਆ ਉਹ ਸਾਰੇ ਕਲੀਅਰ ਕਰਵਾਏ ਜਾਂਦੇ ਬਿਹੇਵੀਅਰ ਟੀਚਰ ਇਜ਼ ਵੈਰੀ ਗੁੱਡ ਐਂਡ ਆਲ ਦੀ ਟੀਚਰ ਆਰ ਵੈਰੀ ਵਰਕ ਤੁਹਾਨੂੰ ਲੱਗਦਾ ਫਿਰ ਵੀ ਤੁਹਾਡਾ ਸਫਰਾ ਜਿਹੜਾ ਫੋਰਨ ਦੇ ਵਿੱਚ ਉਹ ਸਾਰਾ ਪੂਰਾ ਹੋਊਗਾ ਯੈਸ ਡੈਫੀਨਿਟ ਆਈ ਥਿੰਕ ਸੋ ਬੇਟਾ ਕਿੱਦਾਂ ਫੀਲ ਹੁੰਦਾ ਹੈ ਨੌਲੇਜ ਹੱਬ 'ਚ ਹਾਂਜੀ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਫੀਲ ਹੋਇਆ ਹੁਣ ਜਿਵੇਂ ਕਿ ਮੇਰਾ ਫ੍ਰੀ ਟਾਈਮ ਸੀ ਮੈਨੂੰ ਇੱਥੇ ਆ ਕੇ ਮੇਰੀ ਅੰਗਰੇਜ਼ੀ ਵਿੱਚ ਬਹੁਤ ਵੜੋਤਾ ਹੋਇਆ ਇਟ ਇਜ਼ ਵੈਰੀ ਗ੍ਰੇਟ ਐਂਡ ਦ ਟੀਚਰਸ ਆਰ ਵੈਰੀ ਐਕਸਪੀਰੀਅੰਸਡ ਐਂਡ ਹੈਵ ਅ ਗੁੱਡ ਓਪਰਚੁਨਿਟੀ ਟੂ ਹੈਵ ਇਨ ਦਿਸ ਇੰਸਟੀਟਿਊਟ ਦ
he is very experienced and the staff of the institute is very good and experienced. Teachers are complimentary and if we have any kind of doubt, and they give us many facilities that we can have a great bands. Veer Singh, ek institution chalani aur ek vadhiya network dena jidda si tode center ch aaye tode teachers naal gal kiti tode bachche naal gal kiti students de naal they are very satisfied aur ajj de yug de vich jehda veer da daan hai ga oh hi hai ki har bachche nu jidda jinna ne fees nahi bhi jama karai oh bhi praise kar rahe si ki alle fees bhi jama karai फिर भी सानू कोई फीस बारे भी नहीं पूछा गया कमर्शियल पॉइंट तो बहुत दूर हट के जो सेवा तुसी ये छोटा जहा बूटा लगाया सी शानदार पेड़ का रूप धारण करके इतने भी और ये ब्रांचेज भी शुरू कर दिते की कहना बिल्कुल जी असि कोशिश करते हैं कि पिछले हुए इलाके पिछड़ा नहीं कह सकते पर फिर भी इन्ना डिवेलपिंग नहीं है उस एरिया असं कोशिश करते हैं कि अभी वधिया एजुकेशन मतलब एक उच्चे लैवल की एजुकेशन जिते कि बच्चे एक्सैप्ट नहीं कर सकते कि असी ਵਧੀਆ 6, 7, 7+, 8 ਤੱਕ ਲੈ ਸਕਦੇ ਹਾਂ ਕਿਉਂਕਿ ਜ਼ਿਆਦਾਤਰ ਲੋਕਾਂ ਦੀ ਇਹੀ ਧਾਰਨਾ ਹੁੰਦੀ ਹੈ ਉਹ ਜ਼ਿਆਦਾ ਸੋਚਦੇ ਆ ਕਿ ਬਸ ਪਿੰਡਾਂ ਦੀ ਮਤਲਬ 5, 5.5 ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਸਕੂਲ 7, 7.5 ਈਵਨ ਕਿ 8 ਤੱਕ ਪਹੁੰਚੇ ਸਰ ਤੁਸੀਂ ਆਪਣਾ ਜਿਹੜਾ ਹੈਗਾ ਕਿੱਥੋਂ ਸਟੱਡੀ ਲਿੱਤੀ ਔਰ ਕਿੱਦਾਂ ਤੁਹਾਡੇ ਮਾਇੰਡ 'ਚ ਆਇਆ ਕਿ ਜੇ ਮੈਂ ਸਟੱਡੀ ਲਈ ਲਈ ਆ ਅਤੇ ਹੁਣ ਮੈਂ ਬਾਹਰ ਜਾਣ ਦੇ ਤਾਂ ਚਲੋ ਮੈਂ ਬਾਹਰ ਜਾ ਹੀ ਸਕਦਾ ਕਿਤੋਂ ਜਾ ਗਏ ਵੀ ਹੋਊਗਾ ਤੁਸੀਂ ਲੇਕਿਨ ਕਿਵੇਂ ਤੁਹਾਡੇ ਮਾਇੰਡ 'ਚ ਆਇਆ ਵੀ ਮੈਂ ਇਹ ਜਿਹੜਾ ਆਪਣਾ ਆਪਣੀ ਨੌਲੇਜ ਆ ਉਹਨੂੰ ਡਿਸਟ੍ਰੀਬਿਊਟ ਕਰਾਂ ਸਰ ਮੈਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰਨ ਤੋਂ ਬਾਅਦ 2012 ਦੇ ਵਿੱਚ ਸੋਚਿਆ ਕਿ ਮੈਨੂੰ ਸੇਮ ਐਜੂਕੇਸ਼ਨ ਫੀਲਡ 'ਚ ਰਹਿਣਾ ਚਾਹੀਦਾ ਸੋ ਉਹਦੇ ਕਰਕੇ ਮੈਂ ਆਪਣੀ ਬੀ ਐੱਡ ਨੂੰ ਕੰਪਲੀਟ ਕਰਨ ਦੇ ਨਾਲ ਨਾਲ ਹੀ 2012-13 ਦੇ ਵਿੱਚ ਆਪਦਾ ਆਪਣਾ ਖੁਦ ਦਾ ਇੰਸਟੀਟਿਊਸ਼ਨ ਸੋਚੀ ਦਿੱਤਾ ਪਹਿਲਾਂ ਮੈਂ ਉਹ ਤੋਂ ਪਹਿਲਾਂ ਘਰ 'ਚ ਹੀ ਪੜ੍ਹਦਾ ਹੁੰਦਾ ਸੀ ਪਰ ਹੌਲੀ ਹੌਲੀ ਲੋਕਾਂ ਦਾ ਰੁਝਾਨ ਮੈਂ ਮੇਰਾ ਸਮਾਜ ਦੇ ਵਿੱਚ ਜ਼ਿਆਦਾ ਵਿਚਰਨ ਦੇ ਕਰਕੇ ਮੈਂ ਸੋਚਿਆ ਕਿ ਕਿਉਂ ਨਾ ਆਪਣਾ ਇੱਕ ਨਵਾਂ ਪਲੇਟਫਾਰਮ ਜਿਹੜਾ ਕਿ ਨੌਲੇਜ ਹੱਬ ਮੇਰੇ ਮਾਇੰਡ 'ਚ ਆਇਆ ਉਹ ਕੀਤਾ ਮੈਂ ਨਾਲ ਨਾਲ ਆਪਣੀ ਐਜੂਕੇਸ਼ਨ ਵੀ ਕੰਪਲੀਟ ਕੀਤੀ ਮਾਸਟਰਸ ਆਫ ਇੰਗਲਿਸ਼ ਵੀ ਮੈਂ ਕੰਪਲੀਟ ਕੀਤੀ ਅਤੇ ਨਾਲ ਉਸ ਤੋਂ ਬਾਅਦ ਤੋਂ ਟਿਲ 2019 ਸਰ ਜਿਹੜੇ ਲੋਕ ਆਪਣਾ ਪੜ੍ਹਾਈ ਕਰਕੇ ਜਿੱਦਾਂ ਤੁਸੀਂ ਸਟੱਡੀ ਦੇ ਫੀਲਡ ਸੀਗੇ ਪਹਿਲਾਂ ਪੜ੍ਹਾਇਆ ਫਿਰ ਆਪਣੀ ਸਟੱਡੀ ਹੋਰ ਅੱਗੇ ਹਾਇਰ ਸਟੱਡੀਜ਼ ਲਈ ਗਏ ਤੁਸੀਂ ਉਹ ਲੋਕ ਅੱਜ ਜਿਹੜਾ ਆਈਲੈਟ ਸੈਂਟਰ ਆ ਚਾਹੇ ਉਹ ਕਿਰਿਆਨੇ ਦੀ ਦੁਕਾਨ ਵਾਲਾ ਉਹਦਾ ਵੀ ਗੱਲ ਕਰਦਾ ਆਈਲੈਟ ਸੈਂਟਰ ਖੋਲ੍ਹੀ ਉਹਨੂੰ ਵੀ ਪੈਸੇ ਦਿੰਦੇ ਇਹਦੇ ਵਿੱਚ ਚਾਹੇ ਉਹ ਐਜੂਕੇਸ਼ਨ ਤੋਂ ਹੱਟ ਕੇ ਵੀ ਜਿਹੜੇ ਫੀਲਡਸ ਨੇ ਉਹ ਵੀ ਆਈਲੈਟਸ ਵਾਲੇ ਪਾਸੇ ਤੁਰੇ ਨੇ ਪਰ ਲੇਕਿਨ ਉਹ ਬੰਦੇ ਜਿਨ੍ਹਾਂ ਦੀ ਨੌਲੇਜ ਆ ਜਿਹੜੇ ਖੁਦ ਇੰਟੈਂਗਲ ਹੁੰਦੇ ਆ ਕੀ ਸੋਚਦੇ ਤੁਸੀਂ ਵੀ ਉਹ ਦੋਨੇ ਜਿਹੜੀਆਂ ਚੀਜ਼ਾਂ ਬੜਾ ਡਿਫਰੈਂਟ ਹਾਂਜੀ ਬਿਲਕੁਲ ਮੈਂ ਇਹਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਆ ਕਿਉਂਕਿ ਅੱਜ ਕੱਲ੍ਹ ਲੋਕ ਕੀ ਹੈ ਇੱਕ ਬਿਜ਼ਨਸ ਬਣਦਾ ਅੱਜ ਕੱਲ੍ਹ ਲੋਕਾਂ ਦਾ ਸੋਚ ਕੀ ਹੈ ਕਿ 4-5 ਟੀਚਰ ਰੱਖੋ ਠੀਕ ਹੈ ਜੀ ਇੱਕ ਵਧੀਆ ਇੰਟੀਰੀਅਰ ਡੈਕੋਰੇਸ਼ਨ ਕਰੋ ਆਊਟਰ ਲੁੱਕ ਵਧੀਆ ਦੇ ਦਿਓ ਠੀਕ ਹੈ ਜੀ ਪਰ ਉੱਥੇ ਕੀ ਹੈ ਕਿਤੇ ਨਾ ਕਿਤੇ ਉਹ ਬੱਚਿਆਂ ਨੂੰ ਸੈਕਰੀਫਾਈਸ ਕਰ ਬੱਚਿਆਂ ਨੂੰ ਸੈਕਰੀਫਾਈਸ ਇਨ ਦਾ ਸੈਂਸ ਕੀ ਆ ਕਿ ਮੈਂ ਖੁਦ ਇਨਰੋਲ ਹਾਂ ਐਜੂਕੇਸ਼ਨ ਵਿੱਚ ਮੈਨੂੰ ਬੜੇ ਕੁਝ ਵੀ ਵੀਕਨੈਸ ਤੱਕ ਈਵਨ ਕਿ ਜਿਹੜੇ ਆਪਣੇ ਇੰਸਟੀਟਿਊਸ਼ਨਸ ਖੁਲਵਾ ਰਹੇ ਆ ਮਤਲਬ ਖੁਦ ਨਹੀਂ ਰਨ ਕਰ ਪਾ ਰਹੇ ਉੱਥੇ ਉਹਨਾਂ ਨੂੰ ਕੁਛ ਨਹੀਂ ਪਤਾ ਕਿ ਬੱਚੇ ਦੀ ਪ੍ਰੋਫੀਸ਼ੀਐਂਸੀ ਕੀ ਆ ਬੱਚੇ ਦੀ ਵੀਕਨੈਸਿਸ ਕੀ ਆ ਉਹ ਕਿੱਦਾਂ ਦਾ ਇਨਫਰਾਸਟ੍ਰਕਚਰ ਚਾਹੀਦਾ ਉਹਨਾਂ ਨੂੰ ਨੀਡ ਕੀ ਆ ਜਾਂ ਕਿੱਦਾਂ ਦੀ ਐਜੂਕੇਸ਼ਨ ਉਹਨਾਂ ਨੂੰ ਪ੍ਰੋਵਾਈਡ ਕਰਨ ਅਤੇ ਕਿਹੜੇ ਵੇਲੇ ਸੋ ਉਹ ਜ਼ਿਆਦਾ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਇਹ ਇੱਕ ਬਿਜ਼ਨਸ ਆ ਉਹ ਇੱਕ ਵਧੀਆ ਐਜੂਕੇਸ਼ਨ ਪ੍ਰੋਵਾਈਡ ਕਰਨ ਦਾ ਵੀ ਇੱਕ ਬਿਜ਼ਨਸ ਸਰ ਕੀ ਤੁਸੀਂ ਸੋਚਦੇ ਹੋ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਹਸਬੈਂਡ ਵਾਈਫ ਦੋਨੇ ਇੰਟੈਂਗੂਲਰ ਅਤੇ ਮੈਡਮ ਵੀ ਬਹੁਤ ਵਧੀਆ ਇੰਗਲਿਸ਼ ਦੀ ਉਹਨਾਂ ਦੀ ਨੌਲੇਜ ਹੈਗੀ ਆ ਔਰ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਤੁਸੀਂ ਉਹਨਾਂ ਨੂੰ ਇੱਕ ਇਨਸਾਨ ਬਣਨਾ ਵੀ ਸਿਖਾਉਂਦੇ ਹੋ ਔਰ ਮੌਕ ਪਾਸ ਬਹੁਤ ਆ ਤੁਹਾਡੀ ਕੀ ਤੁਹਾਡੇ ਸਟੂਡੈਂਟਸ ਜਿਹੜੇ ਹੈਗੇ ਉਹ ਇੱਕ ਦੂਸਰੇ ਨੂੰ ਅੱਗੇ ਅੱਗੇ ਬੋਲ ਕੇ ਤੁਹਾਨੂੰ ਕਾਫੀ ਰਿਜ਼ਲਟ ਮਿਲ ਰਿਹਾ ਤਾਂ ਤੁਹਾਨੂੰ ਕੋਈ ਜ਼ਿਆਦਾ ਐਡ ਦੀ ਜ਼ਰੂਰਤ ਨਹੀਂ ਬਿਲਕੁਲ ਜੀ ਜੇ ਐਡ ਦੀ ਗੱਲ ਕਰੀਏ ਤਾਂ 2018 ਤੱਕ ਮੈਨੂੰ ਨਹੀਂ ਲੱਗਦਾ ਮੈਂ ਕੋਈ ਇੱਕ ਲੀਫਲੈਟ ਸਕੀਮ 'ਚ ਪਤਾ ਚ ਪਾਇਆ ਹੋਵੇ ਪਰ ਉਸ ਤੋਂ ਬਾਅਦ 'ਚੋਂ ਸਮਾਜ ਦੀ ਲੋੜ ਸਾਡੇ ਰਿਜ਼ਲਟਸ ਨੂੰ ਹਾਈਲਾਈਟ ਕਰਨਾ ਜਾਂ ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਸਮਾਜ ਵਿੱਚ ਕੰਪੀਟੀਸ਼ਨ ਹੋਣ ਦੇ ਕਰਕੇ ਮੈਨੂੰ ਕੰਪੀਟੀਸ਼ਨ ਵਿੱਚ ਇਨਰੋਲ ਹੋਣਾ ਪਿਆ ਸੋ ਅੱਜ ਅਸੀਂ ਵਧੀਆ ਐਡ ਵੀ ਕਰ ਰਹੇ ਹਾਂ ਠੀਕ ਹੈ ਜੀ ਪਰ ਐਡ ਸਾਡੀ ਸੈਕਿੰਡ ਪ੍ਰਾਇਓਰਟੀ ਆ ਫਸਟ ਪ੍ਰਾਇਓਰਟੀ ਸਾਡੀ ਇਹ ਕਿ ਵਧੀਆ ਐਜੂਕੇਸ਼ਨ ਪ੍ਰੋਵਾਈਡ ਕਰੀਏ ਪਰ ਕੀ ਤੁਹਾਡਾ ਮੈਸੇਜ ਰਹੂਗਾ ਸਾਡੇ ਦੇਖਣ ਵਾਲੇ ਦਰਸ਼ਕਾਂ ਨੂੰ ਜਿਸ ਤਰੀਕੇ ਨਾਲ ਤੁਸੀਂ 3 ਇੰਸਟੀਟਿਊਸ਼ਨਸ ਖੋਲ੍ਹ ਚੁੱਕੇ ਹੋ ਔਰ ਆਉਣ ਵਾਲੇ ਸਮੇਂ 'ਚ ਕੋਈ ਪੰਜਾਬ ਦਾ ਕਈ ਬੰਦੇ ਪੜ੍ਹੇ ਲਿਖੇ ਦੇ ਬੱਚੇ ਐਮਏ ਇੰਗਲਿਸ਼ ਦੀ ਕੀਤੀ ਜਾਂ ਕੁੜੀਆਂ ਦੀ ਐਮਏ ਇੰਗਲਿਸ਼ ਦੀ ਕੀਤੀ ਆ ਉਹ ਲੋਕ ਚਾਹੁਣ ਕਿ ਅਸੀਂ ਆਪਣੇ ਏਰੀਆ 'ਚ ਕੋਈ ਹੱਬ ਖੋਲ੍ਹੀਏ ਇੰਗਲਿਸ਼ ਹੱਬ ਤੁਹਾਡਾ ਨੌਲੇਜ ਹੱਬ ਖੋਲ੍ਹਣਾ ਚਾਹੁੰਦੇ ਹੋ ਤੁਹਾਡੇ ਨਾਲ ਅਟੈਚ ਹੋਣਾ ਚਾਹੁੰਦੇ ਹੋ ਕੀ ਉਹਨਾਂ ਦੇ ਲਈ ਤੁਹਾਡੇ ਜਿਹੜੇ ਆਫਰ ਸਕੂਲੀਆਂ ਹੈਗੀਆਂ ਉਹਨਾਂ ਨੂੰ ਫ੍ਰੈਂਚਾਈਜ਼ ਦੇ ਸਕਦੇ ਦੇਖੋ ਜੀ ਮੇਰੇ ਵੱਲੋਂ ਉਹਨਾਂ ਲਈ ਮੋਸਟ ਵੈਲਕਮ ਕਿਉਂਕਿ ਅਸੀਂ ਓਪਨ ਹਾਰਟਡ ਹਾਂ ਇਹਨਾਂ ਦੇ ਲੋਕਾਂ ਦੇ ਲਈ ਜਿਹੜੇ ਕੁਛ ਕਰਨਾ ਚਾਹੁੰਦੇ ਹੋ ਮੈਂ ਉਹਨਾਂ ਨੂੰ ਤਨੋ ਮਨੋ
ਈਵਨ ਪੈਸਾ ਵੀ ਪ੍ਰੋਵਾਈਡ ਕਰ ਸਕਦੇ ਹਾਂ। ਪਰ ਮੇਰਾ ਮੈਸੇਜ ਲੋਕਾਂ ਲਈ ਇਹ ਹੈ ਸਰ ਕਿ ਐਜੂਕੇਸ਼ਨਲ ਇੰਸਟੀਟਿਊਸ਼ਨਸ ਬਹੁਤ ਨੇ, ਸਭ ਤੋਂ ਪਹਿਲਾਂ ਤੁਸੀਂ ਇਹ ਵੈਲੂਏਟ ਕਰੋ ਕਿ ਉਹਨਾਂ ਦਾ ਮੁਕਾਮ ਕੀ ਹੈ, ਉਹਨਾਂ ਦਾ ਟੀਚਰ ਕੀ, ਉਹਨਾਂ ਦੀ ਸੋਚ ਕੀ ਆ, ਕੀ ਉਹ ਖੁਦ ਜਿਹੜੇ ਟੀਚਰਸ ਨੇ ਉੱਥੇ ਇਨਵੋਲਵ ਨੇ ਕਿ ਉਹ ਜਸਟ ਇੱਕ ਧੰਦਾ ਹੈ।